1947 ਵਿੱਚ ਦੇਸ਼ ਦੀ ਵੰਡ ਸਮੇਂ ਕਈ ਪਰਿਵਾਰਾਂ ਨੇ ਵੱਡਾ ਸੰਤਾਪ ਹੰਡਾਇਆ ਅਤੇ ਆਪਣੇ ਪਿੰਡੇ 'ਤੇ ਦਰਦ ਝੱਲੇ। ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਮੁਸੀਬਤਾਂ ਝੱਲਦੇ ਹੋਏ ਉਹ ਭਾਰਤ ਵਿੱਚ ਹੌਲੀ ਹੌਲੀ ਆਪਣੇ ਪਰਿਵਾਰਾਂ ਨੂੰ ਸਥਾਪਿਤ ਕਰ ਸਕੇ। ਇਸ ਸਮੇਂ ਸਾਡੇ ਨਾਲ ਹਨ ਸਰਦਾਰ ਸੋਹਣ ਸਿੰਘ ਜੀ, ਜੋ ਕਿ ਪਾਕਿਸਤਾਨ ਤੋਂ ਭਾਰਤ ਆ ਕੇ ਵੱਖ ਵੱਖ ਥਾਵਾਂ 'ਤੇ ਵੱਸਦੇ ਹੋਏ ਇਸ ਸਮੇਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਰੇਵਾਲਾ ਵਿਖੇ ਆ ਕੇ ਵਸੇ ਹਨ ਅਤੇ ਅੱਜ ਅਜੀਤ ਵੈੱਬ ਟੀਵੀ ਦੇ ਸਰੋਤਿਆਂ ਨੂੰ ਉਹ ਜਾਣਕਾਰੀ ਦੇਣਗੇ ਕਿ ਉਹਨਾਂ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਂਜੀ ਸਰਦਾਰ, ਅਸੀਂ ਜੀ 47 ਦੇ ਵਿੱਚ, ਮੈਂ 4 ਸਾਲ ਦਾ ਹਾਂ, ਸਾਡਾ ਬਜ਼ੁਰਗ ਸਾਰਾ ਸਮਾਨ ਉੱਧਰ ਛੱਡ ਕੇ ਆਏ, ਕੋਈ ਸ਼ਾਇਦ ਨਹੀਂ ਲੈ ਕੇ ਆਏ। ਅਸੀਂ ਉੱਥੋਂ, ਸਾਡਾ ਕੋਈ ਵੱਡ ਵਡੇਰਾ ਵਿਆਹ ਸੀ ਮਾੜੀ ਪਿੰਡ ਮੁਦਕੀ ਦੇ ਕੋਲ, ਉੱਥੇ ਸਾਨੂੰ 6 ਮਹੀਨੇ ਉੱਥੇ ਰਹੇ। 6 ਮਹੀਨਿਆਂ ਦੇ ਬਾਅਦ ਅਸੀਂ ਆ ਗਏ ਪਤਲੀ ਰਹੇ 6 ਮਹੀਨੇ। ਫਿਰ ਅਸੀਂ ਚਲੇ ਗਏ ਬੱਗੇ ਝੰਡੇ ਜੀ ਤਹਿਸੀਲ ਜੀਰਾ ਵਿੱਚ। ਫਿਰ ਸਾਨੂੰ ਕੱਚੀ ਲਾਟ ਹੋ ਗਈ ਨਾਭੋਰ ਦੇ ਕੋਲ, ਦਲਮੀਰ ਖੇੜਾ ਪਿੰਡ। ਅੱਛਾ, ਉੱਥੇ ਅਸੀਂ ਰਹੇ 27 ਸਾਲ। ਉੱਥੋਂ ਅਸੀਂ ਪੈਲੀ ਵੇਚ ਕੇ ਕਦਾਉਣਾ, ਅਸੀਂ ਚਲੇ ਗਏ ਪਿੰਡ ਮਕੰਦ ਸਿੰਘ ਵਾਲਾ ਜੇ ਵੀ ਅਸੀਂ ਰਹਿ ਰਹੇ ਹਾਂ। ਹੁਣ ਮੇਰੇ 2 ਲੜਕੇ ਇੱਥੇ ਜਵਾਰੇ ਵਾਲੇ ਰਹਿੰਦੇ ਨੇ, ਜਸਪਾਲ ਸਿੰਘ ਅਤੇ ਲਾਲ ਸਿੰਘ। ਮੈਂ ਹੁਣ ਇਹਨਾਂ ਕੋਲ ਰਹਿੰਦਾ। ਹੁਣ ਮੇਰੀ ਉਮਰ 75 ਸਾਲ ਹੋ ਗਈ ਹੈ। ਕੋਈ ਐਡਾ ਚੰਗੇ ਪੈਰ ਜਿਉਂ ਆਇਆ ਨਹੀਂ ਲੱਗੇ, ਤੁਰੇ ਫਿਰਨੇ ਆ ਜਿਹੜੀ ਚੀਜ਼। ਹੁਣ ਮੇਰੀ ਪੋਤਰੀ ਨੇ ਆਹ ਮੱਲ ਮਾਰੀ, ਜੇ ਮਹਾਰਾਜ ਸਾਡੀ ਸਰਕਾਰ ਨੇ ਕੋਈ ਹੱਥ ਫੜਿਆ ਤਾਂ ਠੀਕ ਹੈ। ਇਹਨਾਂ ਦੀ ਪੋਤਰੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ ਅਤੇ ਖੁਸ਼ੀ ਵਿੱਚ ਉਹਨਾਂ ਦੇ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਹਨ ਅਤੇ ਉਹ ਇਸ ਪ੍ਰਾਪਤੀ ਬਾਰੇ ਜਿੱਥੇ ਦੱਸ ਰਹੇ ਹਨ ਉੱਥੇ ਆਪਣੇ ਪਰਿਵਾਰ ਦੀ ਆਰਥਿਕ ਕਮਜ਼ੋਰ ਸਥਿਤੀ ਬਾਰੇ ਵੀ ਦੱਸ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਵਿੱਚ ਇਸ ਸਮੇਂ ਕੌਣ ਕੌਣ ਹੈ ਇਸ ਸੰਬੰਧੀ ਜਾਣਕਾਰੀ ਲੈਂਦੇ ਹਾਂ। ਅਸੀਂ ਜੀ ਆਪਦੇ ਇੱਕ ਪਿਓ ਦੇ 4 ਪੁੱਤਰਾਂ, ਸਾਡੇ ਪਿਓ ਦਾ ਨਾਂ ਹੈ ਵਰਿਆਮ ਸਿੰਘ, ਵੱਡਾ ਮਹਿੰਦਰ ਸਿੰਘ ਜੀ, ਉਹਦਾ ਛੋਟਾ ਗੁਰਮੇਜ ਸਿੰਘ, ਉਦੋਂ ਮੈਂ ਸੋਹਣ ਸਿੰਘ ਅਤੇ ਬਲਵੀਰ ਸਿੰਘ, 2 ਮਰ ਚੁੱਕੇ ਨੇ, ਮਹਿੰਦਰ ਸਿੰਘ ਅਤੇ ਬਲਵੀਰ ਸਿੰਘ। ਮੇਰੇ ਪੁੱਤਰ ਨੇ 3, ਜਸਪਾਲ ਸਿੰਘ, ਲਾਲ ਸਿੰਘ, ਕੁਲਵਿੰਦਰ ਸਿੰਘ। ਅਤੇ ਮੇਰੇ 3 ਪੁੱਤਰ ਵਿਆਹੇ ਨੇ, ਆਪੋ ਦੇ ਘਰੀ ਨੇ ਬੈਠੇ ਆਰਾਮ ਕਰਦੇ ਨੇ। ਘਰ ਦੀ ਮੇਰੀ ਹੈਗੀ ਹੈ, ਵੱਡਾ ਮੇਰਾ ਭਰਾ ਰਹਿੰਦਾ ਮਕੰਦ ਸਿੰਘ ਵਾਲੇ, ਅਤੇ ਮੈਂ ਇੱਥੇ ਰਹਿੰਦਾ। ਜਿਹੜੀ ਚੀਜ਼ ਆਪਦੇ ਦਿਨ ਟਾਈਮ ਪਾਸ ਪੂਰੇ ਕੀਤੇ ਜਾਂਦੇ ਹਾਂ। ਸਰਕਾਰ 'ਤੇ ਮਿਹਰ ਰੱਖਣਾ ਜੇ ਪੁੱਤਰ ਧੀ ਨੂੰ ਸਾਨੂੰ ਨੌਕਰੀ ਮਿਲ ਜਾਵੇ ਚੰਗੀ। ਹੁਣ ਖੇਤੀਬਾੜੀ ਦੇ ਸੰਬੰਧ ਵਿੱਚ ਤੁਹਾਡਾ ਖੇਤੀਬਾੜੀ ਤੋਂ ਇਲਾਵਾ ਕੀ ਕਾਰੋਬਾਰ ਹੈ ਅਤੇ ਅੱਗੇ ਤੁਹਾਡਾ ਭਵਿੱਖ ਦਾ ਕੀ ਪ੍ਰੋਗਰਾਮ ਹੈ? ਇੱਕੋ ਜੀ, ਹੁਣ ਤਾਂ ਟਾਈਮ ਪਾਸ ਕਰਨੇ ਆ, ਖੇਤੀਬਾੜੀ ਕਰਨੇ ਆ, ਕਦੀ ਠੇਕੇ ਲੜੀ ਦੀ ਪੈਲੀ, ਕਦੀ ਆਪਦੀ ਵਾਹੀ ਦੀ, ਜਿਹੜੀ ਹੁਣ ਟਾਈਮ ਪਾਸ ਕੀਤੀ ਜਾਂਦੇ ਹਾਂ। ਸਰਕਾਰ ਤੋਂ ਕੀ ਸਰ ਮਾਰਨੇ, ਵੀ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਜਾਵੇ, ਮੇਰਾ ਪੋਤਰਾ ਵੀ ਉਹਨੂੰ ਮਿਲ ਜਾਵੇ, ਪੋਤਰੀ ਨੂੰ ਮਿਲ ਜਾਵੇ।